स्वागत है ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਯਾਰ ਸਵੇਰ ਦੇ ਹੋ ਗਿਆ 8:30 ਬਸ ਸਾਡਾ ਸਕੂਲ ਦਾ ਟਾਈਮ ਹੋ ਗਿਆ ਤੇ ਹੁਣ ਪੀ ਰਿਆ ਲੱਸੀ ਤਗੜੀ ਤਗੜੀ ਤੇ ਹੁਣ ਜਾਣੇ ਮਿੱਠੀ ਵਾਲੀ ਮੈਨੇ ਬਣਾਈ ਹੈ ਤਾਂ ਸਵਾਦ ਨਹੀਂ ਕੋਈ ਨਹੀਂ ਹੁਣ ਗਰਮੀਆਂ ਆ ਗਈਆਂ ਪੀ ਲਿਆ ਕਿ ਨਹੀਂ ਮੇਰੇ ਹੱਥ ਦੀ ਲੱਸੀ ਸਾਰੇ ਮੇਰੇ ਹੱਥ ਦੀ ਲੱਸੀ ਜੀ ਮਰਦੇ ਆ ਚੱਲ 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 ਵਿਆਸ ਵਾਲੀ ਲੱਸੀ ਵਰਗੀ ਬਣਦੀ ਆ ਮੇਰੇ ਹੱਥ ਚੱਲ ਚੱਲ ਵਿਆਸ ਵਾਲੀ ਲੱਸੀ ਦੀ ਰੀਸ ਨਹੀਂ ਹੈਗੀ ਆਹੋ ਮਤਲਬ ਉਵੇਂ ਟਾਈਪ ਦੀ ਬਣਦੀ ਆ ਬਣਦੀ ਉਵੇਂ ਮੈਨੂੰ ਮਿੱਠੀ ਲੱਸੀ ਇੰਨੀ ਵਧੀਆ ਲੱਗਦੀ ਨਮਕੀਨ ਲੱਸੀ ਬਹੁਤ ਵਧੀਆ ਲੱਗਦੀ ਹੈ ਯਾਰ ਸਵਾਦ ਹੀ ਆ ਜਾਂਦਾ ਉਹ ਗੁਰੀ ਵੀ ਆ ਗਿਆ ਰੈਡੀ ਹੋ ਕੇ ਤੁਹਾਨੂੰ ਦਿਖਾਉਂਦੇ ਉਹਦੀ ਡਰੈਸ ਦੀ ਡਰੈਸ ਗੁਰੀ ਨੇ ਸ਼ਰਮਾ ਵਾਲਾ ਪਾ ਰੱਖਿਆ ਹੈ ਨਾ ਓਏ ਆਹ ਵੀ ਆ ਬੇਇੱਜ਼ਤੀ ਕਰੀ ਯਾਰ ਤੇ ਗੁਰੀ ਮਾੜਾ ਮਾੜਾ ਨਾ ਆਹ ਚੀਜ਼ਾਂ ਤੋਂ ਸ਼ਰਮਾ ਮੰਮਾ ਨੂੰ ਕਹਿ ਦੇ ਕਹਿ ਲਾ ਦੇ ਵਾਲਾ ਬੜਾ ਲੱਗੀ ਜਾਂਦਾ ਵਾਲਾ ਲਾ ਰੱਖਿਆ ਇੱਕ ਅੱਖ 'ਚ ਹੈ ਨਾ ਤਾਂ ਬਾਈ ਸਕੂਲੋਂ ਆ ਗਏ ਹਾਂਗੇ ਹੁਣ ਹੈ ਨਾ ਗੇਮ ਵਗੈਰਾ ਖੇਡ ਲਈ ਰੋਟੀ ਖਾ ਲਈ ਆ ਨਾ ਅਤੇ ਯਾਰ ਹੁਣ ਬਸ ਪੜ੍ਹਨ ਲੱਗ ਦਿਆਂਗੇ ਅਤੇ ਫੋਨ ਚਾਰਜ ਹੁੰਦਾ ਉਹਨੇ ਥੋੜ੍ਹਾ ਟਾਈਮ ਖੇਡ ਲਾਂਗੇ ਫੋਨ ਵਗੈਰਾ ਤਾਂ ਦੇਖ ਲਿਆ ਹੁਣ ਹੁਣ ਜਾਂਦੇ ਹਾਂਗੇ ਪਾਣੀ ਲੈਣ ਅਤੇ ਪਾਣੀ ਲੈਣ ਲੈ ਕੇ ਆ ਕੇ ਖਾਂਦੇ ਹਨ ਇਹਦੇ ਵਿੱਚ ਨਦੀ ਹਵਾ ਭਰੀ ਹੋਈ ਆ ਅਤੇ ਦਿਖੀ ਤਾਂ ਨਹੀਂ ਹੋਣੀ ਬਟ ਪਰ ਭਰੀ ਅੱਧੀ 'ਚ ਹਵਾ ਹੀ ਆ ਹੁਣ ਗਾਈਸ ਪਾਣੀ ਤਾਂ ਅਸੀਂ ਲਿਆਂਦਾ ਅਤੇ ਹੁਣ ਜਾਵਾਂਗੇ ਅਸੀਂ ਦੁੱਧ ਲੈਣ ਅਤੇ ਉਹ ਨਾਲ ਦੀ ਨਾਲ ਉੱਥੋਂ ਮੱਥਾ ਟੇਕ ਆਵਾਂਗੇ ਉਤਾਰ ਖੂਹ 'ਤੇ ਅਤੇ ਕਿਉਂਕਿ ਉੱਥੇ ਹੈ ਨਾ ਡੈਰੀ ਅਤੇ ਚਲੋ ਹੁਣ ਚੱਲਦੇ ਹਾਂ ਗਰਨੂਰ ਲੋਰ ਬਦਲ ਲਿਆ ਅਤੇ ਸੁੱਖੂ ਬਾਹਰ ਵੇਟ ਕਰ ਰਿਹਾ ਇਸ ਕਰਕੇ ਹੁਣ ਮੈਂ ਵੀ ਬੜਾ ਸਿਰ 'ਤੇ ਹੈਂਕੀ ਵਗੈਰਾ ਲੈਣਾ ਸਾਡੇ ਨਾਲ ਸੁੱਖੂ ਵੀ ਹੈਗਾ ਇਹ ਵੀ ਜਾ ਰਿਹਾ ਜਾਊਗਾ ਅਤੇ ਹੁਣ ਦੇਖੋ ਰੁਮਾਲ ਬਣ ਰਿਹਾ ਇਹ ਤਾਂ ਬਹੁਤ ਅਗੜੀ ਯਾਰ ਕੱਟ ਲਈ ਅਗੜੋ ਕੱਟ ਲਈ ਹਲੇ ਤੱਕ ਬਹੁਤ ਬੁਲਾਉਣਾ ਖੇਡੀ ਜਾਂਦਾ ਸੀਗਾ ਇਹ ਭਿੜੀ ਗਲੀ ਪਹੁੰਚ ਗਏ ਹੈਗੇ ਅਤੇ ਇਹ ਦੇਖੋ ਕਿੰਨੀ ਭਿੜੀ ਗਲੀ ਆ ਅਤੇ ਹੁਣ ਜਾਂਦੇ ਹਾਂ ਬਸ ਵਧੀਆ ਪਹੁੰਚਾਂਗੇ ਗੁਰੂ ਘਰ ਚੱਲਿਆਂਗਾ ਫਿਰ ਕੀ ਹੁੰਦਾ ਹਜੇ ਕਿਹੜਾ ਪਹੁੰਚਾ ਮੈਂ ਗਵਾਂ ਗਾਣੇ ਫਿਰ ਚੁੱਪ ਕਰਕੇ ਤੁਰੇ ਚੱਲ ਅਸੀਂ ਬੂਤਾਂ ਵਾਲੇ ਖੂਹ ਪਹੁੰਚ ਗਏ ਹਾਂ ਅਤੇ ਗਰਨੂਰ ਗਿਆ ਗਾ ਉੱਥੇ ਲੈਣ ਮਤਲਬ ਦੁੱਧ ਗਲੀ ਕੱਟ ਲਈ ਰੱਖਣ ਅਤੇ ਉਹ ਜਾਂਦਾ ਇੱਧਰ ਵੀ ਗਿਆ ਅਤੇ ਹੁਣ ਬਸ ਅਸੀਂ ਮੱਥਾ ਟੇਕਣ ਜਾਂਦੇ ਹਾਂਗੇ ਫਿਰ ਦੁੱਧ ਪਵਾਉਂਗੇ ਅਸੀਂ ਮੱਥਾ ਟੇਕ ਲਿਆ ਗਾ ਹੁਣ ਅਤੇ ਹੁਣ ਘਰ ਜਾਂਦੇ ਹਾਂਗੇ ਅਸੀਂ ਅਤੇ ਥੋੜ੍ਹਾ ਹਲਕਾ ਗਾਈਸ ਅਸੀਂ ਘਰ ਆ ਕੇ ਨਹਾ ਧੋ ਕੇ ਫਰੈਸ਼ ਹੋ ਗਏ ਹਾਂਗੇ ਅਤੇ ਹੁਣ ਟਾਈਮ ਆ ਗਿਆ ਹੈਗਾ ਪੜ੍ਹਨ ਦਾ ਅਤੇ ਹੁਣ ਪੜ੍ਹਦੇ ਹਾਂ ਅਤੇ ਗਾਈਸ ਗੈਸ ਮਾਰੇ ਮਾੜਾ ਅਸੀਂ ਕਿੱਥੇ ਬੈਠੇ ਹਾਂ ਮੱਛਰਦਾਨੀ ਲਾਈ ਹੋਈ ਹੈ ਅਸੀਂ ਇੱਧਰ ਦੇਖੋ ਅਤੇ ਇੱਧਰ ਮੱਛਰਦਾਨੀ ਲੱਗੀ ਹੋਈ ਆਪਣੇ ਅਤੇ ਅਸੀਂ ਉੱਥੇ ਬੈਠ ਹੁਣ ਮੈਂ ਉੱਥੇ ਬੈਠਾ ਅਤੇ ਗਰਨੂਰ ਵੀ ਥੋੜ੍ਹੇ ਟਾਈਮ ਆ ਜੂਗਾ ਬਹੁਤ ਮਜ਼ਾ ਆ ਰਿਹਾ ਰਾਤ ਨਾ ਇੱਥੇ ਪਏ ਅਸੀਂ ਅਤੇ ਸਾਡੇ ਮੱਛਰ ਖਾ ਗਏ ਸਾਨੂੰ ਯਾਰ ਅਤੇ ਹੁਣ ਅਸੀਂ ਸੋਚਿਆ ਅਸੀਂ ਮੱਛਰਦਾਨੀ ਲਾ ਲਈਏ ਅਤੇ ਹੁਣ ਫਿਰ ਇੱਥੇ ਪਾਵਾਂਗੇ ਬਹੁਤ ਮਜ਼ਾ ਆਊਗਾ ਅੱਜ ਅਤੇ ਆਈ ਆਪਣੀ ਰਜਾਈ ਹੁੰਦੀ ਹੈ ਬਹੁਤ ਨਿੱਘੀ ਮਤਲਬ ਨਿੱਘੀ ਨਾ ਠੰਡੀ ਰਜਾਈ ਹੁੰਦੀ ਹੈ ਯਾਰ ਅਤੇ ਹੈ ਨਾ ਸਰਦੀਆਂ ਦੇ ਵਿੱਚ ਤਾਂ ਗਲਾਫ ਲਾਉਂਦੇ ਹਾਂ ਅਤੇ ਗਰਮੀਆਂ ਦੇ ਵਿੱਚ ਇੱਥੇ ਇਹਨੂੰ ਲੈਣ 'ਚ ਬਹੁਤ ਮਜ਼ਾ ਆਉਂਦਾ ਮਤਲਬ ਗਰਮੀਆਂ ਨਹੀਂ ਜਦੋਂ ਠੰਡ ਅਤੇ ਗਰਮੀਆਂ ਇੱਕੋ ਜਿਹੇ ਹੁੰਦੇ ਮਤਲਬ ਵੀ ਨਾ ਤਾਂ ਵਾਲੀ ਠੰਡ ਹੁੰਦੀ ਨਾ ਵਾਲੀ ਗਰਮੀ ਹੁੰਦੀ ਉਦੋਂ ਬਹੁਤ ਮਜ਼ਾ ਆਉਂਦਾ ਇਹਨੂੰ ਲੈਣ 'ਚ ਯਾਰ ਹੁਣ ਚਲੋ ਪੜ੍ਹਦੇ ਹਾਂ ਯਾਰ ਗੱਲਾਂ ਬਹੁਤ ਹੋ ਗਈਆਂ ਗੇ ਚਲੋ ਫਿਰ ਹੁਣ ਮੈਂ ਪੜ੍ਹੂੰਗਾ ਸੋਸ਼ਲ ਸਾਇੰਸ ਦਾ ਕੱਲ੍ਹ ਟੈਸਟ ਹੋਊਗਾ ਰਿਟਰਨ ਅਤੇ ਅੱਗੇ ਦਾ ਗਰੁੱਪ ਬਣਾ ਕੇ ਹੁੰਦਾ ਸੀ ਕੱਲ੍ਹ ਰਿਟਰਨ ਹੋਊਗਾ ਚਲੋ ਫਿਰ ਪੜ੍ਹਦੇ ਹਾਂ ਗਾਈਸ ਤੁਸੀਂ ਸਾਰੇ ਜਿਹੜੇ ਅੱਜ ਦੇ ਵਲੌਗ ਦੇ ਵਿੱਚ ਦੇਖਿਆ ਹੋਣਾ ਨਾ ਕਿ ਯਾਰ ਅੱਜ ਛੁੱਟੀ ਤਾਂ ਹੈ ਨਹੀਂ ਸੀ ਸਕੂਲ ਗਏ ਸੀ ਲੱਸੀ ਵਗੈਰਾ ਪੀ ਕੇ ਗੁਰੀ ਆਇਆ ਸੀ ਕੋਲ ਅਤੇ ਉਹਨਾਂ ਨੂੰ ਢਿੱਡ ਲੱਗ ਗਏ ਅਤੇ ਮੈਂ ਸਕੂਲੋਂ ਆ ਕੇ ਰੋਟੀ ਵਗੈਰਾ ਖਾਧੀ ਅਤੇ ਮੈਂ ਪਨੀਰ ਵਾਲਾ ਪਰੌਂਠਾ ਖਾਧਾ ਸੀ ਇਹਨਾਂ ਤੋਂ ਸਿੰਪਲੀ ਖਾਧੀ ਸੀਗੀ ਅਤੇ ਹੈ ਨਾ ਬਹੁਤ ਮਜ਼ਾ ਆਇਆ ਅਤੇ ਅੱਜ ਜਿਹੜਾ ਅੱਗੇ ਮਾੜਾ ਮੋਟਾ ਕੰਮ ਕਰਦੇ ਹੁੰਦੇ ਉਹ ਕੀਤਾ ਯਾਰ ਹੈ ਨਾ ਅਤੇ ਆਪਣੇ ਬੋਰ ਹੋ ਰਿਹਾ ਥੋੜ੍ਹਾ ਕੰਮ ਉੱਧਰ ਕਰਾ ਲਈ ਦਾ ਤਾਂ ਕਰਕੇ ਥੋੜ੍ਹਾ ਟਾਈਮ ਨਹੀਂ ਮਿਲਦਾ ਅਤੇ ਆ ਬੈਠਾ ਗਰਨੂਰ ਅਤੇ ਅੱਜ ਅਸੀਂ ਪਏ ਹਾਂਗੇ ਮੱਛਰਦਾਨੀ ਦੇ ਵਿੱਚ ਪੂਰਾ ਮਜ਼ਾ ਆ ਰਿਹਾ ਗਾ ਅਤੇ ਨਹਾ ਕੇ ਫਰੈਸ਼ ਹੋ ਜਾਵਾਂਗੇ ਹੁਣ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਆ ਰਿਹਾ ਅਤੇ ਮੁੜਕਾ ਤਾਂ ਬਹੁਤ ਆਉਂਦਾ ਅਤੇ ਮੁੜਕਾ ਹੋਊਗਾ ਤਾਂ ਗੰਦੀ ਸਮੈਲ ਆਊਗੀ ਆਪਣੇ 'ਚੋਂ ਤਾਂ ਕਰਕੇ ਨਹਾਉਣਾ ਪੈਂਦਾ ਆ ਅਤੇ ਯਾਰ ਤੁਸੀਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਨਹੀਂ ਦੱਸਿਆ ਕਿ ਮੇਰੇ ਹੇਅਰ ਕੱਟ ਕਿੱਦਾਂ ਦੇ ਲੱਗ ਰਹੇ ਆ ਇੰਨਾ ਚੰਗਾ ਲੱਗ ਰਿਹਾ ਤਾਂ ਦੱਸਦੋ ਨਹੀਂ ਲੱਗਿਆ ਤਾਂ ਲੱਗਿਓ ਦੱਸਿਓ ਅਤੇ ਯਾਰ ਹੈ ਨਾ ਬਸ ਇੰਨਾ ਹੀ ਹੁੰਦਾ ਆਪਣੇ ਵਲੌਗ ਦੇ ਅਤੇ ਜਿਹੜੇ ਆਪਣੇ ਚੈਨਲ 'ਤੇ ਨਵੇਂ ਆਏ ਚੈਨਲ ਕਰ ਲੈਣ ਸਬਸਕ੍ਰਾਈਬ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੇ ਲੇਟੈਸਟ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਗਾਈਸ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਵਿੱਚ